Thank you.
Kabar kita akan menunggu.
ਭਾਵੇਂ ਕੋਈ ਗਰੀਬ ਹੈ ਅਤੇ ਭਾਵੇਂ ਕੋਈ ਫਕੀਰ ਆ, ਕੋਈ ਵੀ ਇਸ ਦੁਨੀਆਂ ਦੇ ਵਿੱਚ ਆਇਆ ਬਲ ਕਹਿੰਦੇ ਰਾਣਾ ਲਾਓ ਨਾ ਕੋਰ ਹੈ ਰੰਗ ਨਾ ਕੁੰਭ ਫਕੀਰ ਵਾਰੀ ਆਪੋ ਆਪਣੀ। ਪਰ ਬਾਲਕ ਸਮਝਾ ਰਹੇ ਨੇ, ਗੁਰਬਾਣੀ ਸਾਨੂੰ ਸਮਝਾ ਰਹੀ ਹੈ, ਸਤਿਗੁਰੂ ਦੀ ਬਾਣੀ ਦਾ ਪੜ੍ਹਦੇ ਹਾਂ। ਬਲਕਿ ਜਦੋਂ ਕੋਈ ਸਾਡਾ ਮਿੱਤਰ, ਜਦੋਂ ਕੋਈ ਸਾਡਾ ਰਿਸ਼ਤੇਦਾਰ, ਜਦੋਂ ਕੋਈ ਸਾਡਾ ਦੋਸਤ ਸਾਡਾ ਸਾਥ ਛੱਡ ਕੇ ਜਾਂਦਾ, ਧਿਆਨ ਦੇ ਕੇ ਸੁਣਿਓ ਜੀ, ਬੜਾ ਕੀਮਤੀ ਬਣਦੇ ਹਾਂ। ਗੱਡੀ ਦੇ ਵਿੱਚ ਸਫ਼ਰ ਕਰੀਏ ਨਾ, ਰੇਲ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ, ਆਪਾਂ ਸਾਰਿਆਂ ਨੇ ਰੱਬ ਨਾਲ ਕੀਤਾ ਹੋਣਾ, ਭਾਵੇਂ ਰੱਬ ਨੇ ਗੱਡੀਆਂ ਵੀ ਬਖਸ਼ ਦਿੱਤੀਆਂ, ਆਪਣੀਆਂ ਕਾਰਾਂ ਵੀ ਦੇ ਦਿੱਤੀਆਂ, ਪਰ ਇੱਕ ਸਮਾਂ ਐਸਾ ਵੀ ਸੀ ਜਦੋਂ ਅਸੀਂ ਰੇਲਾਂ ਦੇ ਵਿੱਚ ਸਫ਼ਰ ਕਰਦੇ ਰਹੇ, ਕਈਆਂ ਨੇ ਕੀਤਾ ਹੋਣਾ, ਬੱਸ ਦੇ ਵਿੱਚ ਬੈਠੀਏ, ਰੇਲ ਦੇ ਵਿੱਚ ਬੈਠੀਏ, ਕੋਈ ਕੋਈ 2 ਘੰਟੇ, 1.5 ਘੰਟਾ, 1 ਘੰਟਾ ਸਾਡੇ ਵੱਲ ਬਾਲ ਸੀਟ 'ਤੇ ਬਹਿ ਕੇ ਨਾ, ਅਤੇ ਸਾਡੀ ਉਹਦੇ ਨਾਲ ਮਿੱਤਰਤਾ ਹੀ ਬਣ ਜਾਂਦੀ, ਗੱਲਾਂ ਬਾਤਾਂ ਸ਼ੁਰੂ ਹੋ ਜਾਂਦੀਆਂ। ਅਤੇ ਜਦੋਂ ਉਹ ਸਾਨੂੰ ਕਹਿੰਦਾ ਚੰਗਾ ਵੀ ਕਿਤਨਾ ਮੈਂ ਕੰਨਿਆ ਮੇਰਾ ਸਟੇਸ਼ਨ ਆ ਗਿਆ, 2 ਘੰਟੇ ਦਾ ਸਫ਼ਰ ਸੀ, ਜਦੋਂ ਉਹ ਸਾਡੇ ਕੋਲੋਂ ਉੱਠਦਾ, ਮਨ ਨੂੰ ਬੜਾ ਦੁੱਖ ਲੱਗਦਾ ਵੀ ਚੰਗਾ ਬੜਾ ਜੀ ਲੱਗਿਆ ਸੀ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਜਾਂਦੇ ਸਾਂ, ਵਧੀਆ ਟਾਈਮ ਪਾਸ ਹੁੰਦਾ ਵੀ ਅਸੀਂ ਝੋਲ ਛੱਡ ਕੇ ਚੱਲਿਆ, ਕਿਉਂ ਉਹਦੇ ਦਾ ਸਟੇਸ਼ਨ ਆ ਗਿਆ। ਮੈਂ ਬੇਨਤੀ ਕਰਦੇ ਹਾਂ 2 ਘੰਟੇ ਕੋਲ ਬਹਿੰਦੇ, ਉਹ ਉੱਠ ਕੇ ਜਾਂਦਾ ਉਹਦਾ ਦੁੱਖ ਲੱਗਦਾ, ਅਤੇ ਜਿਹਦੇ ਨਾਲ ਜ਼ਿੰਦਗੀ ਦੇ ਕਈ ਸਾਲ ਜੇ ਬਤੀਤ ਕੀਤੇ ਹੋਣ, ਜਿਹਦੀ ਗੁੰਗਲ ਫੜ ਕੇ ਪੁੱਤਰਾਂ ਨੇ ਤੁਰਨਾ ਸਿੱਖਿਆ, ਜਿਹਦਾ ਮੂੰਹ ਵੇਖ ਕੇ ਧੀਆਂ ਵੱਡਾ ਹੋ ਵੱਡੀਆਂ ਹੋਈਆਂ, ਭੈਣ ਅਤੇ ਭਰਾ ਰਿਸ਼ਤੇਦਾਰ ਸਾਰੇ ਦੇ ਸਾਰੇ ਉਹਨੂੰ ਵੇਖ ਵੇਖ ਕੇ ਜਿਉਂਦੇ ਸਨ, ਬੜਾ ਪ੍ਰੇਮ ਕਰਦੇ ਸਨ। ਇਹ ਸਚਾਈ ਹੈ, ਜਦੋਂ ਕੋਈ ਸਾਡਾ ਆਪਣਾ ਸਾਡਾ ਸਾਥ ਛੱਡ ਕੇ ਜਾਂਦਾ ਹੈ ਨਾ, ਬੜਾ ਹੀ ਦੁੱਖ ਲੱਗਦਾ ਹੈ। ਇਸ ਗੱਲ ਤੋਂ ਮੁਕਰ ਵੀ ਹੋਇਆ ਜਾ ਸਕਦਾ, ਸਤਿਗੁਰੂ ਦੀ ਬਾਣੀ ਦਾ ਲੱਗਿਆ ਮੰਨ ਕੇ ਭਾਣਾ ਕਹਿ ਦੇਣਾ ਸੌਖਿਆ ਵੀ ਭਾਣਾ ਮੰਨ ਲਓ, ਪਰ ਭਾਣੇ ਵਿੱਚ ਕੋਈ ਵਿਰਲਾ ਆਇਆ ਉਹ ਵਿਰਲਾ ਹੀ ਭਾਣਾ ਸੁੱਟਦਾ, ਨਹੀਂ ਬਹੁਤੇ ਉੱਤੇ ਟੁੱਟ ਜਾਂਦੇ, ਬਹੁਤੇ ਉੱਤੇ ਰੋਲ ਜਾਂਦੇ। ਹੁਣ ਸੁਣਿਓ ਜੀ, ਮੈਂ ਬੇਨਤੀ ਜਿਹੜੀ ਕਰਨ ਲੱਗਿਆ, ਸਾਨੂੰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਜਦੋਂ ਕੋਈ ਸਾਡਾ ਅਤੀ ਪਿਆਰਾ ਸਾਡਾ ਸਾਥ ਛੱਡ ਕੇ ਜਾਂਦਾ ਹੈ ਨਾ, ਉੱਥੇ ਫਿਰ ਜਦੋਂ ਸਾਡਾ ਮਨ ਡੋਲਦਾ, ਫਿਰ ਇਸ ਡੋਲਦੇ ਹੋਏ ਮਨ ਨੂੰ ਇੱਕੋ ਇੱਕ ਤਰੀਕਾ ਵੀ ਅਸੀਂ ਇਹਨੂੰ ਸਮਝਾ ਸਕਦੇ ਹਾਂ, ਅਤੇ ਉਹ ਤਰੀਕਾ ਹੈ ਗੁਰੂ ਦੇ ਸ਼ਬਦ ਦਾ। ਹੁਣ ਆਹ ਸਾਰੇ ਦਾ ਸਾਰਾ ਜਿਹੜਾ ਬਣਾਇਆ ਹੋਇਆ ਮਰਿਆਦਾ ਬਣਾਈ ਹੈ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਹਾ ਸਾਰਾ ਪਰਿਵਾਰ ਬੁਲਾਇਆ, ਜਦੋਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਨਾ, ਅਤੇ ਬਲਕ ਨੇ ਨਾ ਆਪਣੇ ਜਿੰਨਾ ਪਰਿਵਾਰ ਸੀ ਬਲਕ ਨੇ ਕੋਲ ਬੁਲਾ ਲਿਆ। ਸੁਖਨਾ ਪਰਿਵਾਰ ਵੀ ਬੜਾ ਵੱਡਾ ਹੈ, ਗੋਤਰਿਆਂ ਵਾਲੇ ਨੇ, ਗੋਤਰਿਆਂ ਵਾਲੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਉਮਰ ਬੜੀ ਵਧੇਰੀ ਹੈ, ਸਾਰੇ ਦਾ ਸਾਰਾ ਪਰਿਵਾਰ ਕੋਲ ਬੁਲਾ ਕੇ ਨਾ ਗੁਰੂ ਸਾਹਿਬ ਨੇ ਆਪਣੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲ ਬੁਲਾ ਲਿਆ, ਅਤੇ ਉੱਥੇ ਸਾਰੇ ਪਰਿਵਾਰ ਨੂੰ ਇੱਕ ਕਰਤੀ, ਕਹਿਣ ਲੱਗੇ ਵੀ ਮੈਂ ਹੁਣ ਕੁਛ ਕੁ ਦਿਨ ਤੁਹਾਡੇ ਕੋਲ ਹੈਗਾ, ਸਾਡਾ ਇਸ ਸੰਸਾਰ ਦੇ ਵਿੱਚੋਂ ਜਾਣ ਦਾ ਸਮਾਂ ਆ ਗਿਆ, ਔਰ ਮੈਂ ਬੇਨਤੀ ਕਰਦੇ ਹਾਂ ਨਾਮ ਜਪਣ ਦਾ ਰੂਹਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਹਫ਼ਤਾ ਪਹਿਲਾਂ ਦੱਸ ਦਿੱਤਾ ਸੀ ਵੀ ਅਸੀਂ ਨਦੇੜ ਸਾਹਿਬ ਦੀ ਧਰਤੀ 'ਤੇ, ਇੱਕ ਹਫ਼ਤਾ ਪਹਿਲਾਂ ਦੱਸ ਦਿੱਤਾ ਸੀ ਕਿ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ, ਅਤੇ ਸਾਨੂੰ ਸੱਚੇ ਪਾਤਸ਼ਾਹ ਨੇ 2 ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰਦੁਆਰਾ ਦੀ ਬੇਨਤੀ 'ਤੇ ਕਹਿ ਦਿੰਦਾ ਵੀ ਆ ਗਿਆ ਭਾਈ ਅਕਾਲ ਕਦੇ ਚਲਾਇਓ, ਪਰ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਇਹ ਗੱਲ ਕਹਿ ਦਿੱਤੀ ਸਤਿਗੁਰੂ ਨੇ ਬਦਲ ਕਹਿ ਸਕਦੇ। ਮੈਂ ਬੇਨਤੀ ਕਰਨ ਲੱਗਿਆ ਗੁਰੂ ਅਮਰਦਾਸ ਜੀ ਨੇ ਪਰਿਵਾਰ ਬੁਲਾਇਆ ਆਪਣੇ ਕੋਲ, ਅਤੇ ਪਰਿਵਾਰ ਨੂੰ ਬੁਲਾ ਕੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਅਸੀਂ ਚਲੇ ਜਾਣਾ। ਬੜੀ ਗੱਲ ਸੁਣੀ, ਜਿੰਨਾ ਨੂੰ ਵੇਖ ਵੇਖ ਕੇ ਵੱਡੇ ਹੋਏ, ਜਿੰਨਾ ਨੂੰ ਜਿੰਨਾ ਦੀ ਉਮਰ ਬਣ ਕੇ ਤੁਰਨਾ ਸਿੱਖਿਆ, ਜਿੰਨਾ ਨੇ ਜੀਵਨ ਜਿਉਣਾ ਸਿੱਖਿਆ, ਔਰ ਮੈਂ ਬੇਨਤੀ ਕਰਦੇ ਹਾਂ ਗੁਰੂ ਅਮਰਦਾਸ ਜੀ ਆਪ ਸਾਥ ਨਹੀਂ ਉਸ ਟਾਈਮ 'ਤੇ ਗੁਰਦਾ ਨਦੀ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਰਾਜਾ ਗੁਰੂ ਨੇ ਸਰੀਰ ਕਰ ਦਿੱਤੀ। ਜਦੋਂ ਇਹ ਗੱਲ ਗਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਅਸੀਂ ਹੁਣ ਚਲੇ ਜਾਣਾ, ਅਤੇ ਵਿੱਚੋਂ ਪਰਿਵਾਰ ਨੂੰ ਲੱਗ ਰਿਹਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਗੱਲ ਕਰਕੇ ਤੁਹਾਨੂੰ ਬੁਲਾਇਆ ਅਤੇ ਤੁਸੀਂ ਹੁਣ ਲੱਗ ਰਹੇ ਨੇ। ਸੁਣਿਆ ਬਾਲਕ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਣੀ ਦੇ ਵਿੱਚ ਲਟਕਾਏ, ਬਾਲਕ ਕਹਿੰਦੇ ਸਤਿਗੁਰ ਬੁਲਾਉਣਾ ਆਪਣੇ ਸੋ ਮੈਂ
ਪਾਇਆ ਔਰ ਅਗਰ ਜੇ ਕੋਈ ਹੋ ਗਿਆ ਸਾਨੂੰ ਕੋਈ ਬੋਲੋ ਹੀ ਨਹੀਂ ਕਿਤੇ ਤੁਰ ਗਰਮ ਪਾਇਆ ਤੁਰ ਜਿਤ
ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੁਆ ਨਿਤ ਕੈ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਰਤ ਪੈ ਸਸੇ ਗੁਰੇ ਗੁਰ ਤੇ ਜਾਣੀ ਸੁਣਦੇ ਪੀਤ ਕਹਿੰਦੇ ਪਵਿੱਤ ਸਤਗੁਰ ਰਹਿਆ ਮਨ ਦੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਅਵਣ ਗੁਰੂ ਮਾਣੀ ਪਿਤਾ ਮਾਤਾ ਤਰਕ ਮਹਤ ਕਰਮੀ ਆਪੋ ਆਪਣੀ ਜਿਨੀ ਨਾਮ ਲਿਆਇਆ ਨਾਨਕ ਦੇ ਹੁਕਮੇਨਾ ਜਿਨੀ ਨਾਮ ਲਿਆਇਆ ਗਏ ਸ਼ਕਤ ਕਾਲ ਨਾਨਕ ਦੇ ਹੁਕਮੇ ਸ਼ੁਕੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਸਕਲ ਸਮੱਗਰੀ ਤੁਮਰੈ ਸੁਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗੱਲ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਬਾਣੀ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਲਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਫਾਇਆ ਗੁਰੂ ਹਰਿ ਗੋਬਿੰਦ ਨਾਮ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆ ਵੈ ਧਾਏ ਸਭ ਥਈਓ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਈਓ ਸਹਾਏ ਦਸਾਂ ਪਾਤਸ਼ਾਹੀਆਂ ਦੀ ਜਗਨੀ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਜਪੀਆਂ ਪੱਤੀਆਂ ਤੇਰਾ ਨਾਮ ਜਪਿਆ ਵਣ ਛਕਿਆ ਦੇਵ ਚਲਾਈ ਦੇ ਬਾਜ ਦੇਖ ਕੇ ਅਗਿਤ ਕੀਤਾ ਤੇਰਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਤ ਕੇ ਸ਼ੀਸ ਦਿੱਤੇ ਮਨ ਮਨ ਕਟਾਏ ਖੋਪਰੀਆਂ ਨੂੰ ਪਈਆਂ ਝੱਖੜੀਆਂ ਤੇ ਜੜੇ ਤਨ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਿੱਖਣੀ ਹਾਰੇ ਆ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਰੇ ਬੋਲੋ ਜੀ ਵਾਹਿਗੁਰੂ ਪੰਜਾਂ ਤੱਕ ਨਾਮ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਤਮ ਦਾ ਸਤਕਾਰ ਸਭ ਸੁਖ ਹੋਏ ਜਨ ਜਨ ਖਾਲਸਾ ਜੀ ਸਾਹਿਬ ਤਾਂ ਮਹਾਰਸ਼ੀਆ ਗਿਆ ਦੇਖ ਕੇ ਫਤਿਹ ਬਿਰਦ ਕੀ ਪੈ ਪੰਥ ਕੀ ਦੀਪ ਸ਼੍ਰੀ ਸਾਹਿਬ ਜੀ ਸਹਾਇਕ ਖਾਲਸਾ ਜੀ ਕੇ ਗੁਰ ਬਾਰੇ ਬੋਲੋ ਜੀ ਭਰੋਸਾ ਦਾ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕੀਆਂ ਝੰਡੇ ਬੁੱਗੇ ਜਗੁਰ ਅਟਲ ਧਰਮ ਦਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰੱਖਿਆ ਪਤਲ ਵਾਹਿਗੁਰੂ ਹੇ ਅਭਿਆਸ ਦੀ ਦ੍ਰਿੜ ਕਮਾਈ ਕੋਸ਼ਿਸ਼ ਕਰਨੀ ਬਾਣੀ ਦੇ ਬਾਣੀ ਦਾ ਧਾਰੀ ਗੁਰੂ ਦੀ ਵਾਰ
ਸਾਨੂੰ ਪਰਮਾਤਮਾ ਤੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਰਸਤਾ ਚਲਾ ਚੁੱਕੇ ਹਜ਼ੂਰ ਪਵਿੱਤਰ ਕਰਨ ਪ੍ਰਸ਼ਾਦ ਸੱਚੇ ਹਾਜ਼ਰ ਹੈ ਦਾ ਪ੍ਰਮਾਣ ਹੋਏ ਪ੍ਰਮਾਣ ਹੋਇਆ ਪ੍ਰਸ਼ਾਦ ਸਮੂਹ ਸੱਚੇ ਸਵਰਗਾਉਣ ਦੀ ਆਗਿਆ ਵਿੱਚ ਸ਼ੁਰੂ ਹੋ ਚੁੱਕੀ ਭਗਵਾਨ ਜੀਓ ਸਰਬੱਤ ਸਾਧ ਸੰਗਤ ਜੀ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕੀਤੀ ਜੀ ਸਰਦਾਰ ਗੁਰਮੇਲ ਸਿੰਘ ਜੀ ਪਾਸੋਂ ਸੰਸਾਰਿਕ ਪਿੱਤਰਾਂ ਕਰਦੀਆਂ ਜਾਣੇ ਜਾਣੇ ਕਾਹੇ ਬਤਾਏ ਹੋਈਆਂ ਮਨਾਂ ਦੀ ਕਿਵੇਂ ਬਖਸ਼ਦੇ ਹੋਏ ਸਦੀਵ ਕਾਲ ਦੇ ਆਪਣੇ ਚਰਨੀ ਨਿਵਾਸ ਬਖਸ਼ਣਾ ਆਵਾ ਸਿਮਰ 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 ਜਨ ਸੋਏ
ਨਾਨਕ ਕਰਮਾ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੇ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਰੋਜਾ ਪੂਰ ਸੰਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭਨੇ ਸ੍ਰੀ ਗੁਰੂ ਸਰਦਾਰ ਗੁਰਬੀਰ ਸਿੰਘ ਜੀ ਕੋਲ ਜੋ ਆਪਣੇ ਜੀਵਨ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿੱਚ ਯਾਦ ਰੱਖਦੇ ਹਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸ੍ਰੀ ਗੁਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਦਾ ਗੁਰਬੀਰ ਸਿੰਘ ਜੀ ਕੋਲ ਪਰਮਾਤਮਾ ਦੁਆਰਾ ਬਖਸ਼ੇ ਸਵਾਸਾ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਰਹੇ ਹਨ। ਪਰ ਮਹਾਪੁਰਸ਼ ਅੰਤਮ ਅਰਦਾਸ ਤੇ ਸਮਾਗਮ ਨੂੰ ਪ੍ਰੇਰਨਾ ਸਭਾ ਵੀ ਆਖਦੇ ਹਨ। ਮਹਾਂਪੁਰਸ਼ ਦਾ ਕਥਨ ਹੈ, ਆਏ ਐਸੋ ਜਾਏ ਰਾਜਾ ਫਕੀਰ ਇਹ ਇਸ ਦਸਤ ਜਗ ਲੈ ਇੱਕ ਬੰਦੇ ਜਾਏ ਕਹਿੰਦੇ। ਜੋ ਵੀ ਇਨਸਾਨ ਨੇ ਇਸ ਧਰਾ ਦਾ ਕਦਮ ਲਿਆ ਹੈ ਉਸਨੇ ਫਿਰ ਜਾਣਾ ਨਹੀਂ, ਪਰ ਕੁਛ ਐਸੇ ਇਨਸਾਨ ਹੁੰਦੇ ਹਨ ਜੋ ਆਪਣੇ ਜੀਵਨ ਚੰਦਰਾ ਦੇ ਵਿੱਚ ਐਸੇ ਕਰਮ ਕਰਦੇ ਹਨ ਕੁਛ ਸਿੰਘਾਸਨ ਤੇ ਚੜ੍ਹ ਕੇ ਪਰਮਾਤਮਾ ਦੇ ਕਰਮ ਤੇ ਜਾਂਦੇ ਹਨ, ਪਰ ਕੁਛ ਐਸੇ ਵੀ ਇਨਸਾਨ ਹੁੰਦੇ ਹਨ ਜੋ ਆਪਣੀ ਜੀਵਨ ਯਾਤਰਾ ਦੇ ਵਿੱਚ ਐਸੇ ਕਰਮ ਕਰਦੇ ਹਨ ਕਿ ਉਹਨਾਂ ਨੂੰ ਜੰਜੀਰਾਂ ਨਾਲ ਜਕੜ ਕੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਕਿਉਂਕਿ ਬਾਣੀ ਦੇ ਵਿੱਚ ਦਰਜ ਹੈ ਕਿ ਇਨਸਾਨ ਕਰਮ ਕਰਨੇ ਵੀ ਆਜ਼ਾਦ ਹੈ, ਕਰਮ ਆਪਣੀ ਮਰਜ਼ੀ ਦੇ ਅਨੁਸਾਰ ਕਰ ਸਕਦਾ ਹੈ। ਐਸੀਆਂ ਸਭਾਵਾਂ ਦਾ ਆਯੋਜਨ ਸਾਡੇ ਮਹਾਂਪੁਰਸ਼ਾਂ ਨੇ ਐਸੀਆਂ ਪਰੰਪਰਾ ਨੂੰ ਕਿਉਂ ਸ਼ੁਰੂ ਕੀਤਾ? ਇਸ ਕਰਕੇ ਹੀ ਸ਼ੁਰੂ ਕੀਤਾ ਕਿ ਐਸੀਆਂ ਸਭਾਵਾਂ ਤੋਂ ਇੱਕ ਇਨਸਾਨ ਪ੍ਰੇਰਨਾ ਲੈ ਸਕੇ, ਉਸਨੇ ਜੀਵਨ ਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ, ਕਿਸ ਕਾਰਨ ਕਰਨ ਲਈ ਉਹ ਇਸ ਸੰਸਾਰ ਦੇ ਵਿੱਚ ਆਇਆ ਹੈ ਔਰ ਉਸਨੇ ਉਸ ਕਾਰਨ ਨੂੰ ਕਿਵੇਂ ਪੂਰਾ ਕਰਨਾ ਹੈ, ਉਹ ਐਸੇ ਸਮਾਗਮਾਂ ਦੇ ਵਿੱਚ ਉਸਨੂੰ ਸੋਝੀ ਮਿਲਦੀ ਹੈ। ਔਰ ਅਗਰ ਅਸੀਂ ਵੀ ਚਾਹੁੰਦੇ ਹਾਂ, ਕਿਉਂਕਿ ਜਾਣਾ ਅਸੀਂ ਸਭ ਨੇ ਹੈ, ਅਗਰ ਅਸੀਂ ਵੀ ਚਾਹੁੰਦੇ ਹਾਂ ਕਿ ਅਸੀਂ ਪਰਮਾਤਮਾ ਦੇ ਘਰ ਦੇ ਵਿੱਚ ਸਾਨੂੰ ਜੰਜੀਰਾਂ ਨਾਲ ਬੰਨ ਕੇ ਪੇਸ਼ ਨਾ ਕੀਤਾ ਜਾ ਸਕੇ, ਬਲਕਿ ਅਸੀਂ ਸੰਗਾਸਨ ਤੇ ਚੜ੍ਹ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਪ੍ਰਾਪਤ ਕਰੀਏ, ਅਗਰ ਅਸੀਂ ਐਸਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਗੁਰੂਆਂ ਦੀ ਬਾਣੀ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਔਰ ਸਾਨੂੰ ਆਪਣੀ ਜੀਵਨ ਯਾਤਰਾ ਨੂੰ ਇਸ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਇਸ ਜੀਵਨ ਦੇ ਰਹਿੰਦੇ ਰਹਿੰਦੇ ਸਾਨੂੰ ਸੁੱਖ ਸ਼ਾਂਤੀ ਦੀ ਪ੍ਰਾਪਤੀ ਹੋ ਸਕੇ
और असी पवित्र गुरु ग्रंथ साहब की हजूरी में बैठ के असी ऐसा संकल्प भी रखना है कि असी गुरु साहबान द्वारा बख्शित की हुई अनमोल माई के अनुसार असी अपना जीवन यात्रा जो है अपना जीवन यात्रा कर सकिए और असी ऐसे कर्म करिए खेत्र को चाहे वो धार्मिक खेत्र है और राजनीति खेत्र है या सामाजिक खेत्र है व्यापारिक खेत्र है अलग अलग खेत्र तो साढ़े शख्सियत पिछड़ी हुई महात्मा श्रद्धा के फुल भेट करते हैं इतने पहुंचिया हैं मैं सबका नाम नहीं कह सकता पर मैं साढ़े शोक का जरूर प्राप्त होया है प्राइवेट कंस्ट्रक्शन लेबर कंट्रैक्टर यूनियन लुधियाना तो असी इन्हों का धन्यवाद करते हाँ इन्होंने परिवार के नाल दुख साझा किया भारतीय जनता पार्टी लुधियाना के प्रधान जनरल सैकटरी श्री रजनीश कुमार जी ने शोकता प्राप्त होया है असं इन्हों का भी धन्यवाद करते हाँ और मैं बेनती करा भारतीय जनता पार्टी के सीनियर आगू और विधानसभा क्षेत्र पश्चिमी तो श्री कमल जेटली जी को कृपा करके माइक पे आ और परिवार वालों आई हुई संगत का जो परिवार के नाल दुख की घड़ी के दुख साझा करने प्रस्तुत हो रहे हैं दसा पातशाहियों के पवित्र जोत श्री गुरु ग्रंथ साहब जी की पावन के पवित्र हजूरी बैठे सात संगत जी वाहेगुरु जी का खालसा वाहेगुरु जी की फतह जिहा तेरी लिखिया तिहा हुकम कमाए कंधे आवे नानका सदे उहे जाए ते महावाका दे अनुसार साडे वड्डे वीर सरदार मेहर सिंह जी कला जो कि परम पिता परमेश्वर ने जिन्नी उन्हां नूं स्वासां दी पूंजी दित्ती सी उहनूं पूरा करदे हुए गुरु चरणां च जा रहे कला साहब दे बारे तुसीं सारे बहुत चंगी तरह जाणदे हो कि बहुत ही निके और मिठे सवाल पर आप सारे भी जानते हैं कि मौत एक घटा का सच है जिस व्यक्ति ने धरती से जन्म लिया उसके जाने का समा और स्थान परम पिता परमेश्वर नाल ही है ये परमात्मा का भाड़ा है ठीक है सानू बड़ी तकलीफ होती है जो परिवार का कोई जी सानू छड के जाता है साडा कोई सज्जन मित्र दोस्त सानू छड के जाता है सानू बहुत तकलीफ होती है पर एक परमात्मा का भाड़ा है एक ने आना एक ने जाना है इस तरह ही संसार में लगे रहना है तुसी सारे अज इस दुख की घड़ी के कला परिवार के नाल दुख साझा कर लिया है मैं तुहाडा कला परिवार वालों और अपनी भारतीय जनता पार्टी लुधियाना वालों सारा आया का बहुत बहुत धन्यवाद करता है और परम पिता परमेश्वर के चरणों में बेनती कर रहा अरदास करता है कि इस पिछड़ी हुई आत्मा को अपने चरणों में वासा दे और सानू सारिआं नूं पाणा बणन दा फल बख्श वाहिगुरु जी का खालसा वाहिगुरु जी का खालसा राशि सिंह सभा गुरद्वारा साहब को भेंट की जाती है और 5500 रुपए की राशि पिंड पुलारा में गुरद्वारा साहब को भेंट की जाती है और 5500 रुपया गुरुद्वारा साहिब रेलू साहिब साने वाला दियाना उत्थे भेंट की जाती है और 5500 रुपया गरीब बच्चों की पढ़ाई के लिए जो संपूर्ण विकास केंद्र हैं उन्होंने गरीब बच्चों की पढ़ाई के लिए 5500 रुपये की राशि गवर्नमेंट कुलार परिवार वालों भेंट की जाती है और मैं एक बार फिर आप सबका बहुत बहुत धन्यवाद करता हाँ और मैं प्रार्थना करूँगा आप सब कि जिन्होंने लंगर प्रसादा नहीं छकिया वो कृपा करके नीचे बेसमेंट है उसे लंगर प्रसादा जरूर छक जान परिवार वालों की प्रार्थना है और जिन्होंने
ਕੋਈ ਉੱਥੇ ਕੀ ਹੋ ਗਿਆ ਤੁਹਾਨੂੰ ਪਤਾ ਹੀ ਹੈ।